ਓਰੇਗਨ ਕੋਰਸ ਨੂੰ ਲੈ ਕੇ ਕੁਛ ਹੈ ਜੀ? ਕੀ ਆਪਾਂ ਪਹਿਲਾਂ ਤੁਸੀਂ ਦੱਸਦੇ ਹੀ ਰਹੇ ਆ ਵੀ ਕੀ ਕੁਛ ਉਹ ਕਰਦੇ ਆ ਉੱਥੋਂ ਦੇ ਵਕੀਲ ਤੇ ਉੱਥੋਂ ਦੇ ਜਿਹੜੇ ਖਾਸ ਕਰਕੇ ਸਰਕਾਰੀ ਵੀਲ ਥੋੜੇ ਉਹ ਕਹਿੰਦੇ ਆ ਵੀ ਨਹੀਂ ਸਾਰਾ ਕੁਛ ਝੂਠ ਮੂਠ ਚੱਲ ਰਿਹਾ ਤੁਹਾਡੇ ਵੱਲੋਂ, ਉਹ ਕੀ ਕਹਿੰਦੇ ਨੇ ਜੀ ਹੁਣ? ਜੀ, ਸੋ ਓਰੇਗਨ ਕੋਰਟ ਦੇ ਵਿੱਚ ਇੱਕ ਹੀਅਰਿੰਗ ਸੀਗੀ ਬਾਈ ਦੀ, ਅਜੇ ਉਹਦਾ ਡਿਸੀਜਨ ਨਹੀਂ ਆਇਆ, ਸੋ ਤਾਂ ਕਰਕੇ ਬਾਹਲੀ ਜ਼ਿਆਦਾ ਮੈਂ ਡਿਟੇਲ ਨਹੀਂ ਦੇ ਸਕਦਾ। ਪਰ ਅੱਜ ਆਪਾਂ ਕੋਰਟ ਰੂਮ ਬਾਰੇ ਹੀ ਜਿਹੜੀ ਗੱਲ ਕਰਨੀ ਆ ਕਿ ਕੋਰਟ ਰੂਮ ਦੇ ਵਿੱਚ ਕੀ ਮਾਹੌਲ ਆ, ਕਿੱਦਾਂ ਵਕੀਲ ਦਾ ਕੀ ਰੋਲ ਆ, ਕਿਵੇਂ ਆ, ਕਾਫੀ ਜ਼ਿਆਦਾ, ਕਿਉਂਕਿ ਆਡੀਅੰਸ ਜਿਹੜੀ ਨਵੀਂ ਆਈ ਆ ਉਹਨਾਂ ਨੂੰ ਪਤਾ ਨਹੀਂ ਫਿਰ ਕਿ ਵਕੀਲ ਨਾਲ ਕਿੱਦਾਂ ਗੱਲ ਕਰਨੀ ਆ, ਅੱਗੇ ਕੋਰਟ ਸਿਸਟਮ ਜਾਂ ਜੱਜਾਂ ਦਾ ਕੀ ਹਿਸਾਬ ਕਿਤਾਬ ਹੁੰਦਾ। ਸੋ ਜੀ, ਓਰੇਗਨ ਕੋਰਟ ਦੇ ਵਿੱਚ ਕਾਫੀ ਇੰਟਰਸਟਿੰਗ ਸੀਗਾ। ਪਹਿਲਾਂ ਤਾਂ ਮੈਨੂੰ ਸੀਗਾ ਕਿ ਪਹਿਲਾਂ ਸਰਕਾਰੀ ਵਕੀਲ ਨੇ ਸਾਨੂੰ ਪਹਿਲਾਂ ਹੀ ਕਹਿਤਾ ਸੀਗਾ ਨਾ ਕਾਫੀ ਮਹੀਨੇ ਪਹਿਲਾਂ ਹੀ ਕਿ ਇਹ ਸਾਰੇ ਜਿਹੜੇ ਕੇਸ ਆ ਇਹ ਫਰੌਡ ਹੁੰਦੇ ਆ। ਪਹਿਲਾਂ ਹੀ ਉਹਨੇ ਕਿਹਾ ਕਿ ਕਹਿੰਦਾ ਮੇਰੇ ਕੋਲ ਸਬੂਤ ਹੈਗਾ, ਮੈਂ ਸ਼ੋਅ ਕਰ ਸਕਦਾ ਕਿ ਇਹ ਜਿਹੜੇ ਕੇਸ ਆ ਇਹ ਫਰੌਡ ਆ। ਤੇ ਜਿਹੜੀ ਜੱਜ ਸੀਗੀ ਉਹਦੀ ਫੀਮੇਲ ਜੱਜ ਸੀਗੀ, ਠੀਕ ਤੇ ਹੈ, ਕਈ ਵਾਰੀ ਉਹਨੇ ਕੋਸ਼ਿਸ਼ ਕੀਤੀ ਵੈਨਿਊ ਚੇਂਜ ਕਰਨ ਦੀ, ਆਪਣੇ ਪੁਰਾਣੇ ਵਕੀਲ ਦੇ ਥਰੂ ਵੀ ਵਿੱਚ ਕਿਸੇ ਹੋਰ ਕੋਲ ਵੀ ਜਾ ਕੇ ਆਇਆ ਸੀਗਾ, ਤਾਂ ਆਪਣੇ ਕੋਲ ਵੀ ਜਾ ਕੇ 2-3 ਵਾਰੀ ਆਪਾਂ ਟਰਾਈ ਕੀਤਾ ਉਹਦਾ ਕਿ ਟ੍ਰਾਂਸਫਰ ਕਰ ਦਈਏ ਕੈਲੀਫੋਰਨੀਆ। ਕੈਲੀਫੋਰਨੀਆ ਦਾ ਬੰਦਾ ਇੱਥੇ ਜੋਬ ਕਰਦਾ ਪ੍ਰੋਪਰ, ਉਹਦਾ ਪ੍ਰੂਫ ਵਗੈਰਾ ਸਾਰਾ ਕੁਝ ਸੀਗਾ, ਤੇ ਕੋਰਟ ਵੀ ਮੰਨਦੀ ਆ ਕਿ ਇਹ ਬੰਦਾ ਕੈਲੀਫੋਰਨੀਆ ਰਹਿੰਦਾ, ਕੋਈ ਇਦਾਂ ਨਹੀਂ ਕਿ ਕੋਰਟ ਨੂੰ ਉਹਦੇ ਉੱਤੇ ਸ਼ੱਕ ਸੀਗਾ ਜਾਂ ਕੁਛ। ਤੇ ਤਾਂ ਵੀ ਜਿਹੜੀ ਜੱਜ ਸੀਗੀ ਉਹ ਕਹਿੰਦੀ ਕਿ ਮੈਂ ਤੁਹਾਨੂੰ ਜਿਹੜਾ ਚੇਂਜ ਆਫ ਵੈਨਿਊ ਗ੍ਰਾਂਟ ਨਹੀਂ ਕਰਨਾ। ਤੇ 2-3 ਵਾਰੀ ਆਪਾਂ ਜਿੱਦਾਂ ਅਟੈਂਪਟ ਕੀਤਾ ਕਿ ਆ ਨਹੀਂ ਸਕਦਾ ਬੰਦਾ, ਟਰੈਵਲ ਦੀ ਪ੍ਰੋਬਲਮ ਆ, ਵਕੀਲ ਇੱਥੇ ਆ, ਜੋ ਜੋ ਵੀ ਆਪਣੇ ਰੀਜ਼ਨ ਸੀਗੇ ਸਾਰੇ ਦੱਸੇ, ਠੀਕ ਹੈ, ਕੋਰਟ ਨੇ ਫਿਰ ਵੀ ਮੰਨੀ ਨਹੀਂ ਗੱਲ ਕਿ ਕੈਲੀਫੋਰਨੀਆ ਕਹਿੰਦੇ ਮੂਵ ਨਹੀਂ ਕਰਨਾ ਕੇਸ ਇਹਦਾ। ਫਿਰ ਹੁਣ ਆਪਾਂ ਨੂੰ ਥੋੜ੍ਹਾ ਜਿਹਾ ਪਤਾ ਹੀ ਸੀਗਾ ਕਿ ਹੋਸਟਾਈਲ ਟੈਰੀਟਰੀ, ਅੱਗੋਂ ਜਿਹੜਾ ਉਹ ਕਲਾਇੰਟ ਸੀਗਾ ਉਹ ਜਦੋਂ ਹੁਣ ਛੋਟੀ ਜਗ੍ਹਾ ਉੱਥੇ ਛੋਟਾ, ਲੋਕੀ ਇੱਕ ਦੂਜੇ ਨੂੰ ਕਾਇੰਡ ਆਫ ਜਾਣਦੇ ਹੀ ਆ, ਉਹਨੇ ਦੱਸਿਆ ਸੀਗਾ ਸਾਨੂੰ ਪਹਿਲਾਂ ਹੀ ਕਿ ਜਿੰਨੇ ਵੀ ਉਹਦੇ ਦੋਸਤਾਂ ਦੇ ਕੇਸ ਸੀਗੇ ਸਾਰੇ ਹੀ ਡਿਨਾਈ ਹੋ ਗਏ, ਤੇ 2-3 ਕੇਸ ਇਹੋ ਜਿਹੇ ਵੀ ਸੀਗੇ ਜਿਹੜੇ ਇੱਕ ਅੱਧਾ ਤਾਂ ਉਹਦਾ ਆਪਦਾ ਸੀਗਾ ਕਿ ਗ੍ਰੀਨ ਕਾਰਡ ਜਿਹਨੂੰ ਮਿਲਿਆ ਸੀਗਾ ਉਹਨੂੰ ਵੀ ਜਿਹਦਾ ਕੇਸ ਪਾਸ ਹੋਇਆ ਸੀਗਾ ਉਹਨੂੰ ਵੀ ਕੋਰਟ ਨੇ ਬੁਲਾ ਕੇ ਦੁਬਾਰਾ ਇੰਟਰਵਿਊ ਲੈ ਕੇ ਡਿਨਾਈ ਕਰਤਾ। ਤੇ ਸਾਨੂੰ ਵੀ ਕਈ ਉਦਾਂ ਇੰਡੀਪੈਂਡੈਂਟਲੀ ਵੀ ਕਾਲਾਂ ਆਈਆਂ ਕਿ 1-2 ਜਣਿਆਂ ਨੇ ਕੰਸਲਟੇਸ਼ਨ ਕੀਤੀ ਸੀਗੀ ਕਿ ਜਿਹੜੇ ਉਹਨਾਂ ਦੇ ਕੇਸ ਸੀਗੇ ਉਹ ਡਿਨਾਈ ਹੋ ਗਏ ਆ, ਅਪਰੂਵ ਹੋਣ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਵਾਪਸ ਬੁਲਾਇਆ ਗਿਆ, ਇਹਨੂੰ ਗ੍ਰੀਨ ਕਾਰਡ ਵੀ ਮਿਲਿਆ ਸੀਗਾ। ਠੀਕ ਹੈ, ਤੇ ਇਦਾਂ ਦੀ ਟੈਰੀਟਰੀ ਸੀਗੀ, ਮਤਲਬ ਕਿ ਉਹਨਾਂ ਨੂੰ ਲੱਗਦਾ ਕਿ ਇਹ ਸਾਰੇ ਕੇਸ ਨਕਲੀ ਆ, ਉਹਨਾਂ ਨੂੰ ਇਦਾਂ ਕਿਉਂ ਲੱਗਦਾ? ਉਹ ਕਹਿੰਦੇ ਕਿ ਇਹ ਸਾਰੇ ਸੇਮ ਸੇਮ ਇਹਨਾਂ ਦੀ ਫੈਕਟ ਪੈਰਨ ਆ, ਸਾਰਿਆਂ ਦਾ ਸੇਮ ਜਿਹਾ ਹੀ ਰੋਲ ਆ, ਸੇਮ ਹੀ ਇਹਨਾਂ ਨਾਲ ਚੀਜ਼ਾਂ ਹੋਈਆਂ, ਸੇਮ ਹੀ ਸਟੋਰੀ ਆ ਬੇਸਿਕਲੀ ਇਹਨਾਂ ਦੀ। ਸੋ ਹੁਣ ਸਾਨੂੰ ਜਿੱਦਾਂ ਨਾ ਕਈ ਵਾਰੀ ਸਵਾਲ ਪੁੱਛ ਲੈਂਦੇ ਕਿ ਭਾਜੀ ਆਹ ਵਾਲਾ ਕੇਸ ਠੀਕ ਰਹੂਗਾ, ਆਹ ਵਾਲੇ ਬਿਆਨ ਸਹੀ ਰਹੂਗੇ, ਤਾਂ ਸਾਡੀ ਜਿੱਦਾਂ ਹੁਣ ਲੋਇਰ ਦੀ ਕੀ ਪੋਜੀਸ਼ਨ ਆ? ਸੋ ਇਹ ਦੱਸਣ ਦਾ ਮਕਸਦ ਇਹ ਆ ਕਿ ਜਿਹੜਾ ਵੀ ਉਹ ਵਾਲਾ ਬੰਦਾ ਕਿ ਹੁਣ ਪੁੱਛ ਰਿਹਾ ਕਿ ਬਿਆਨ ਆ ਵਾਲੇ ਸਹੀ ਰਹੂਗੇ, ਮੈਨੂੰ ਕੀ ਪਤਾ ਹੁਣ ਹੈ ਨਾ ਕਿਹੜੇ ਸਹੀ ਰਹੂਗੇ, ਕਿਉਂਕਿ ਜੇ ਮੈਂ ਦੱਸਾਂ ਕਿ ਕਿਹੜੇ ਬਿਆਨ ਸਹੀ ਰਹੂਗੇ ਕਿਹੜੇ ਨਹੀਂ ਸਹੀ ਰਹੂਗੇ, ਤਾਂ ਮਤਲਬ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਆਹ ਵਾਲਾ ਤੂੰ ਇੱਦਾਂ ਇੱਦਾਂ ਕਰਕੇ ਕੇਸ ਲਾ ਦੇ, ਨਕਲੀ ਕੇਸ ਲਾ ਦੇ, ਉਹ ਚੀਜ਼ ਨਹੀਂ ਇੱਥੇ ਹੋ ਸਕਦੀ। ਆਪਣਾ ਜਿਹੜਾ ਰੋਲ ਆ ਉਹ ਇਹ ਹੈ ਕਿ ਜਿਹੜੀ ਤੁਹਾਡੀ ਸਟੇਟਮੈਂਟ ਆ, ਡੈਕਲਰੇਸ਼ਨ ਆ, ਉਹ ਐਜ਼ ਇਜ਼ ਪ੍ਰੈਜ਼ੈਂਟ ਹੋਊਗੀ, ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਲੀਗਲੀ ਉਹ ਤੁਹਾਡੇ ਨਾਲ ਸਵਾਲਾਂ ਜਵਾਬਾਂ ਰਾਹੀਂ ਦੂਰ ਕੀਤੀਆਂ ਜਾ ਸਕਦੀਆਂ ਹਨ। ਇਹ ਲੋਇਰ ਦਾ ਜਿਹੜਾ ਰੋਲ ਹੈਗਾ। ਹੁਣ ਇਹ ਬਾਈ ਜਦੋਂ ਕੋਰਟ ਦੇ ਵਿੱਚ ਚਲਾ ਗਿਆ ਤਾਂ ਇੱਕ ਬਾਕੀ ਸਾਰਾ ਟ੍ਰਾਇਲ ਨਾ ਦੱਸ ਦਿਓ, ਇੱਕ ਤੁਹਾਨੂੰ ਮੈਂ ਚੀਜ਼ ਦੱਸਦਾ, ਘੱਟੋ ਘੱਟ ਉਹਨੇ ਅੱਧਾ ਪੌਣਾ ਘੰਟਾ ਸਿਰਫ ਇਸ ਚੀਜ਼ ਤੇ ਲਾਇਆ। ਉਹ ਕਹਿੰਦੀ ਕਿ ਜੱਜ ਉਹਨੂੰ ਕਹਿੰਦੀ ਕਿ ਤੇਰੀ ਸਟੇਟਮੈਂਟ ਕਿੰਨੇ ਬਣਾਈ ਆ, ਤੇ ਉਸ ਦੇ ਬਾਰੇ ਕੁਐਸਚਨ ਕਰੇ, ਅੱਛਾ ਕਦੋਂ ਪੰਜਾਬੀ ਵਾਲੀ ਤੂੰ ਕਦੋਂ ਲਿਖੀ ਸਟੇਟਮੈਂਟ, ਪਹਿਲਾਂ ਪੰਜਾਬੀ ਵਾਲੀ ਲਿਖੀ, ਪਹਿਲਾਂ ਇੰਗਲਿਸ਼ ਵਾਲੀ ਲਿਖੀ, ਕਿਹਨੇ ਕਿਤੋਂ ਕੀ ਟ੍ਰਾਂਸਲੇਟ ਕੀਤਾ, ਟ੍ਰਾਂਸਲੇਟਰ ਕੌਣ ਆ, ਅਜੇ ਉਹਦੇ ਪਹਿਲਾਂ ਵਕੀਲ ਸੀਗੇ, ਸਾਰਾ ਕੁਝ ਸਬਮਿਟ ਪਹਿਲਾਂ ਕੀਤਾ ਸੀਗਾ ਉਹਨੇ ਸਾਨੂੰ, ਹੈ ਨਾ, ਬਾਅਦ 'ਚ ਹਾਇਰ ਕੀਤਾ ਆਪਾਂ ਅਪਡੇਟਡ। ਕਹਿੰਦੀ ਅਪਡੇਟਡ ਦੀ ਗੱਲ ਦੱਸੀਏ, ਕਹਿੰਦੀ ਤੇਰੇ ਵਕੀਲ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਹਿੰਦੀ ਉਹਨੂੰ ਕਿ ਤੇਰੇ ਵਕੀਲ ਨੇ ਤੈਨੂੰ ਕੋਈ ਵੀ ਚੀਜ਼ ਦੱਸੀ ਆ ਕਿ ਇਹਦੇ ਵਿੱਚ ਐਡ ਕਰਨੀ ਆ, ਹੈ ਨਾ। ਫੇਰ ਕਹੇ ਕਿ ਤੇਰੇ ਵਕੀਲ ਨੇ ਤੈਨੂੰ ਦੱਸਿਆ ਕਿ ਕੋਈ ਵੀ ਚੀਜ਼ ਇਹਤੋਂ ਸਬਸਟ੍ਰੈਕਟ ਕਰਨੀ ਕਿ ਨਹੀਂ ਦੱਸਣੀ ਆ, ਕਿ ਤੂੰ ਪੂਰਾ ਦੱਸਿਆ ਉਹਨੇ ਆਹ ਚੀਜ਼ ਦੇ ਉੱਤੇ ਕਿ ਤੇਰੇ ਵਕੀਲ ਨੇ ਤੈਨੂੰ ਕੀ ਦੱਸਿਆ ਤੇ ਕੀ ਨਹੀਂ ਦੱਸਿਆ। ਘੱਟੋ ਘੱਟ ਉਹਨੇ ਇਹਦੇ ਉੱਤੇ 30-45 ਮਿੰਟ ਸਿਰਫ ਇਸ ਚੀਜ਼ ਤੇ ਲਾਏ ਉਹਨੇ। ਅੱਛਾ, ਤੇ ਹੁਣ ਸਾਡਾ ਇਦਾਂ ਸੀਗਾ ਕਿ ਆਪਣੇ ਸਾਡੇ ਨਾਲ ਜਿਹਨਾਂ ਦਾ ਵੀ ਕੇਸ, ਉਹਨਾਂ ਨੂੰ ਪਤਾ ਕਿ ਸਾਰਾ ਬੰਦਾ ਹੀ ਦੱਸਦਾ, ਆਪਾਂ ਨੂੰ ਕੋਈ ਇਦਾਂ ਦੀ ਸਮੱਸਿਆ ਪਏ ਨਹੀਂ, ਹੈ ਨਾ। ਕਈ ਇਦਾਂ ਦੇ ਵੀ ਵਕੀਲ ਹੋਏ ਆ ਕਿ ਜਦੋਂ ਉੱਤੇ ਪ੍ਰੈਸ਼ਰ ਪਾਇਆ ਗਿਆ, ਇਦਾਂ ਦੇ ਵੀ ਸੈਨ ਫ੍ਰਾਂਸਿਸਕੋ 'ਚ ਕੇਸ ਹੋਏ ਆ ਜਿੱਥੇ ਕਲਾਇੰਟਾਂ ਨੇ ਬਹਿ ਕੇ ਉੱਥੇ ਜੱਜ ਦੇ ਮੂਹਰੇ ਦੱਸਿਆ ਕਿ ਆਹ ਤਾਂ ਜਿਹੜੀ ਮੇਰੀ ਸਟੇਟਮੈਂਟ ਆ
ਆ ਮੇਰੇ ਵਕੀਲ ਦੇ ਦਫ਼ਤਰ ਨੇ ਬਣਾ ਕੇ ਦਿੱਤੀ ਆ ਜਾਂ ਮੇਰੀ ਟ੍ਰਾਂਸਲੇਟਰ ਨੇ ਬਣਾ ਕੇ ਦਿੱਤੀ ਆ, ਸੋ ਪੁੱਛ ਕੌਣ ਟ੍ਰਾਂਸਲੇਟਰ ਸੀਗਾ, ਕਿੱਦਾਂ ਸੀਗਾ। ਤੇ ਕਈ ਵਕੀਲ ਡਿਸਬਾਰ ਵੀ ਹੋਏ ਆ, ਲਾਇਸੈਂਸ ਵੀ ਕਈਆਂ ਨੇ ਲੂਜ਼ ਕੀਤੇ ਆ, ਕਈ ਵਕੀਲ ਜੇਲ੍ਹਾਂ 'ਚ ਵੀ ਗਏ ਆ, ਤੇ ਫਿਰ ਜਦੋਂ ਉਹਨਾਂ ਨੂੰ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਤੇ ਉਹ ਐਡਮਿਟ ਵੀ ਕਰ ਲੈਂਦੇ ਆ ਕਿ ਆਹੋ ਆਪਾਂ ਹੀ ਕੀਤਾ ਸੀਗਾ, ਹਨਾ। ਸੋ ਇਹ ਜਿਹੜਾ ਹੁਣ ਕੋਰਟ ਆ, ਇਹ ਬੇਸਿਕਲੀ ਕੀ ਸੀਗਾ ਕਿ ਇਹ 40-45 ਮਿੰਟ ਸਾਡੇ ਦੁਆਲੇ ਹੋਇਆ ਕਿ ਆਪਾਂ ਜੇ ਨਵੇਂ ਉਹਦੇ ਵਿੱਚ ਪਏ, ਡੈਕਲੇਸ਼ਨਾਂ ਪਹਿਲਾਂ ਸੀਗੀਆਂ, ਉਤੋਂ ਬਸ ਇਹੀ ਪੁੱਛ ਰਹੇ ਸੀਗੇ ਕਿ ਬਣਾਈ ਕਿੱਦਾਂ ਨਾ। ਸੋ ਫਿਰ ਉਹ ਹੁਣ ਉਹਨੇ ਸਾਨੂੰ ਕੀ ਕਿਹਾ ਕਿ ਦੁਬਾਰਾ ਉਹਦੀ ਨਵੀਂ ਹੇਅਰਿੰਗ ਜਿਹੜੀ ਆਊਗੀ, ਸਾਨੂੰ ਕਹਿੰਦੀ ਕਿ ਪੁਰਾਣੀ ਜਿਹੜੀ ਟ੍ਰਾਂਸਲੇਟਡ ਇਹਦੀ ਸਟੇਟਮੈਂਟ ਸਟੂਟਮੈਂਟ ਸੀਗੀਆਂ ਉਹ ਡਾਕੂਮੈਂਟ ਲੈ ਕੇ ਆ। ਸੋ ਇੱਦਾਂ ਦੇ ਕਾਫੀ ਉਹਨਾਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਕੱਢੀਆਂ, ਸੋ ਉਹਨਾਂ ਨੂੰ ਇਹੀ ਲੱਗਦਾ ਕਿ ਇਹ ਸਾਰੇ ਜਿਹੜੇ ਕੇਸ ਆ ਇਹ ਫੇਕ ਕੇਸ ਆ। ਪਰ ਇਹਦੇ ਵਿੱਚ ਇੱਕ ਗੱਲ ਦੇਖਣ ਵਾਲੀ ਆ ਕਿ ਐਂਡ ਆਫ ਦਾ ਡੇ ਜਿਹੜਾ ਇੱਕ ਜੱਜ ਦਾ ਰੋਲ ਆ, ਉਹ ਫੇਰ ਵੀ ਕਾਫੀ ਡਿਫਿਕਲਟ ਕੁਐਸਚਨ ਬੰਦੇ ਕੋਲ ਪੁੱਛ ਰਹੀ ਸੀਗੀ ਜੱਜ, ਫਿਰ ਵੀ ਉਹ ਫੋਰ ਐਗਜ਼ਾਮਪਲ ਐਡਰੈਸ ਦੇ ਰਿਲੇਟਡ ਕੋਈ ਕੁਐਸਚਨ ਸੀਗਾ ਤਾਂ ਉਹ ਇਦਾਂ ਨਹੀਂ ਕਿ ਬਿਲਕੁਲ ਗੁੱਸੇ 'ਚ, ਪਰ ਆਪਣੀ ਜੌਬ ਕਰ ਰਹੀ ਸੀਗੀ, ਉਹ ਪੁੱਛਦੀ ਉਹਦੇ ਹਿਸਾਬ ਨਹੀਂ ਸੀਗੀ, ਪੂਰਾ ਮੌਕਾ ਦੇ ਰਹੀ ਸੀਗੀ ਬੰਦੇ ਨੂੰ ਐਕਸਪਲੇਨ ਕਰਨ ਦਾ ਕਿ ਤੂੰ ਦੱਸ ਕੀ ਹਿਸਾਬ ਕਿਤਾਬ ਆ ਤੇਰਾ। ਉਹ ਜਿਹੜਾ ਟ੍ਰਾਇਲ ਵੀ ਸੀਗਾ ਪੂਰਾ ਸਿਸਟਮ ਪ੍ਰੋਸੀਜਰ ਨਹੀਂ, ਇਦਾਂ ਨਹੀਂ ਕਿ ਹੁਣ ਜਿੱਦਾਂ ਸਾਡੇ ਦੇਸ਼ਾਂ ਜਿੱਦਾਂ ਹੁੰਦਾ ਕਿ ਤੂੰ ਬਾਹਰ ਨਿਕਲ ਜਾ ਕੋਰਟ ਰੂਮ 'ਚੋਂ ਜਾਂ ਤੇਰਾ ਸਿੱਧੇ ਡਿਨਾਈ ਕਰਤਾ, ਭਾਵੇਂ ਉਹਨਾਂ ਨੂੰ ਜੋ ਵੀ ਲੱਗਦਾ ਉਹਨਾਂ ਨੇ ਪੂਰਾ ਉਹਨੂੰ 4-5 ਘੰਟੇ ਇੰਨੀ ਕੁ ਉਹਦੀ ਹੇਅਰਿੰਗ ਬੰਦੇ ਦੀ ਚੱਲੀ ਹੋਣੀ ਘੱਟੋ ਘੱਟ, ਤੇ ਅਜੇ ਅੱਗੇ ਵੀ ਪਈ ਆ। ਸੋ ਇੱਦਾਂ ਹੀ ਉਹਨੇ ਦੱਸਿਆ ਕਿ ਹੋਰ ਵੀ ਜਿਹੜੇ ਉਹਦੇ ਸੱਜਣ ਮਿੱਤਰ ਸੀਗੇ ਓਰੀਗਨ ਕੋਰਟ ਦੇ ਵਿੱਚ, ਸਾਰਿਆਂ ਦੀ ਜਿਹੜੀ ਹੇਅਰਿੰਗ ਆ ਉਹ ਇੰਨੀ ਕੁ ਜਿਹੜੀ ਚੱਲੀ ਆ। ਤੇ ਇਹ ਜਿਹੜੀ ਹੀਅਰਿੰਗ ਕਰਦੇ ਨੇ ਇਹ ਵੈਬੈਕਸ ਤੇ ਆ ਜਾਂ ਇਨ ਪਰਸਨ ਹੀ ਓਰੀਗਨ ਵਾਲੇ ਕਹਿੰਦੇ ਆ ਵੀ ਭਾਈ ਆਓ ਉੱਥੇ? ਇਨ ਪਰਸਨ ਇਹ ਹੀਅਰਿੰਗ ਜਿਹੜੀ ਉਹਨੇ ਅਟੈਂਡ ਕੀਤੀ ਸੀਗੀ, ਆਪਾਂ ਵੈਬੈਕਸ ਤੇ ਸੀਗੇ। ਠੀਕ ਹੈ, ਉਹ ਖੁਦ ਉੱਥੇ ਸੀ, ਸੋ ਜਿਹੜਾ ਕਲਾਇੰਟ ਆ ਉਹਨੂੰ ਕਹਿੰਦੇ ਵੀ ਤੂੰ ਉੱਥੇ ਆਪ ਆਉਣਾ ਆ ਬੇਸਿਕਲੀ। ਹਾਂਜੀ ਜੀ, ਹਾਂਜੀ ਸੋ ਅੱਜ ਆਪਾਂ ਕੋਰਟ ਰੂਮ ਦੇ ਅੰਦਰ ਵਾਲੀਆਂ ਗੱਲਾਂ ਹੀ ਜਿਹੜੀਆਂ ਹੋਏ ਕਰਨੀਆਂ ਹੈਗੀਆਂ। ਇੰਡੀਵਿਜੁਅਲ ਮੈਰਿਟਸ ਹੀਅਰਿੰਗ ਇਸ ਨੂੰ ਆਖਦੇ ਆ, ਸੋ ਇਹਦੇ ਲਈ ਪ੍ਰੈਪਰੇਸ਼ਨ ਦੇ ਲਈ ਕੀ ਕਰਨਾ ਹੁੰਦਾ ਹੈ ਜੀ? ਸੋ ਜਿਹੜੀ ਆਪਣੀ ਇੰਡੀਵਿਜੁਅਲ ਮੈਰਿਟਸ ਜਿਹੜੀ ਹੇਅਰਿੰਗ ਹੁੰਦੀ ਆ, ਉਹਨੂੰ ਆਪਾਂ ਫਾਈਨਲ ਹੇਅਰਿੰਗ ਵੀ ਜਿਹਨੂੰ ਕਹਿ ਦਿੰਦੇ ਹਾਂ, ਇੰਡੀਵਿਜੁਅਲ ਹੇਅਰਿੰਗ ਵੀ ਕਹਿ ਦਿੰਦੇ ਹਾਂ, ਤੇ ਜਿਹੜੀ ਇਹਦੀ ਸਹੀ ਟਰਮੀਨੋਲੋਜੀ ਆ ਉਹ ਹੈਗੀ ਆ ਮੈਰਿਟਸ ਹੇਅਰਿੰਗ, ਠੀਕ ਹੈ। ਤੇ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਬੇਸਿਕਲੀ ਡਿਸਕਸ਼ਨ 'ਚ ਸਾਰੀਆਂ ਚੀਜ਼ਾਂ ਤਾਂ ਨਹੀਂ ਆਪਾਂ ਕਵਰ ਕਰ ਸਕਦੇ, ਸੋ ਇਹਨੂੰ ਧਿਆਨ ਨਾਲ ਰੱਖਿਓ ਕਿ ਪਹਿਲਾਂ ਤਾਂ ਆਪਣੇ ਵਕੀਲ ਦੀ ਗੱਲ ਸੁਣਿਓ ਕਿ ਕੀ ਕਰਨਾ ਕੀ ਨਹੀਂ ਕਰਨਾ। ਇਹ ਜਿਹੜਾ ਪ੍ਰੋਗਰਾਮ ਹੈ ਸਿਰਫ ਆਪਾਂ ਤੁਹਾਨੂੰ ਟਿਪਸ ਦੇ ਰਹੇ ਹਾਂ ਕਿ ਜਿਹੜੀ ਫਾਈਨਲ ਤੁਹਾਡੀ ਹੇਅਰਿੰਗ ਆ ਉਹਦੇ ਵਿੱਚ ਕੀ ਤੁਸੀਂ ਐਕਸਪੈਕਟ ਕਰ ਸਕਦੇ ਆ, ਕੋਰਟ ਰੂਮ ਦਾ ਮਾਹੌਲ ਕਿਹੋ ਜਿਹਾ। ਸੋ ਮੁੱਖ ਦੀ ਗੱਲ ਇਹ ਹੈ ਕਿ ਇਹਨਾਂ ਸਾਨੂੰ ਲੱਗਦਾ ਕਿ ਜਿਹੜੇ ਤੁਹਾਨੂੰ ਐਂਗਜ਼ਾਇਟੀ ਥੋੜ੍ਹੀ ਜਿਹੀ ਹੈਗੀ ਕਿ ਕੋਰਟ ਦੇ ਵਿੱਚ ਕੀ ਹੋਣਾ, ਤੁਹਾਨੂੰ ਥੋੜ੍ਹਾ ਜਿਹਾ ਪ੍ਰੋਸੀਜਰ ਪਤਾ ਲੱਗ ਜਾਊਗਾ ਤੇ ਥੋੜ੍ਹੀ ਜਿਹੀ ਤੁਹਾਡੀ ਪ੍ਰੈਪਰੇਸ਼ਨ ਹੋ ਜਾਊਗੀ। ਪਿਛਲੀ ਵਾਰੀ ਜਿਹੜੇ ਸਾਲਮ ਸੀਰੀਜ਼ ਵਾਲੇ ਕੀਤੇ ਸੀਗੇ ਉਹਦੇ ਵਿੱਚੋਂ ਆਪਣੇ ਜਿਹੜੇ ਸਾਡੇ ਖੁਦ ਦੇ ਕਲਾਇੰਟ ਸੀਗੇ, ਜਿਹੜੇ ਸਾਡੇ ਆਪਣੇ ਕਲਾਇੰਟ, ਉਹਨਾਂ ਨੇ ਕਿਹਾ ਸੀ ਕਿ ਜਿਹੜਾ ਰੇਡੀਓ ਪ੍ਰੋਗਰਾਮ ਤੁਸੀਂ ਉਸ ਕੋਰਟ ਰੂਮ ਦੇ ਬਾਰੇ ਕੀਤਾ ਸੀਗਾ, ਉਹ ਕੋਰਟ ਰੂਮ ਵਾਲੇ ਦੇ ਵਿੱਚ ਕਹਿੰਦਾ ਅੱਧੀ ਤਿਆਰੀ, ਕਹਿੰਦਾ ਮੇਰੀ ਕੋਰਟ ਰੂਮ ਦਾ ਮੈਨੂੰ ਮਾਹੌਲ ਜਿਹੜਾ ਪਤਾ ਲੱਗ ਗਿਆ ਕਿ ਕੋਰਟ ਰੂਮ ਦਾ ਮਾਹੌਲ ਕੀ ਆ, ਹੁੰਦਾ ਕੀ ਅੰਦਰ ਉੱਥੇ? ਹੁੰਦਾ ਕੀ ਆ। ਸੋ ਉਹਨਾਂ ਇਹ ਆ ਕਿ 10-20%, 30% ਤੁਹਾਡੀ ਐਂਗਜ਼ਾਇਟੀ ਜਿਹੜੀ ਸ਼ਾਇਦ ਉਹ ਦੂਰ ਹੋ ਜਾਵੇ ਪ੍ਰੋਗਰਾਮ ਸੁਣ ਕੇ। ਸੋ ਤੁਹਾਨੂੰ ਜਿਹੜਾ ਬੇਸਿਕਲੀ ਕੋਰਟ ਰੂਮ ਦੇ ਵਿੱਚ ਮਾਹੌਲ ਕੀ ਆ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ ਤੇ ਕੀ ਪੰਗੇ ਪੈ ਸਕਦੇ ਆ, ਉਹ ਚੀਜ਼ ਬਾਰੇ ਜਿਹੜਾ ਆਪਣਾ ਇਹ ਪ੍ਰੋਗਰਾਮ ਅੱਜ। ਬਿਲਕੁਲ, ਕਿਸੇ ਟੈਸਟ ਦੀ ਤਿਆਰੀ, ਕਿਸੇ ਸਪੋਰਟਸ ਲਈ ਤਿਆਰੀ, ਉਸੇ ਤਰੀਕੇ ਦੇ ਨਾਲ ਇਹ ਕੇਸ ਦੀ ਜਿਹੜੀ ਤਿਆਰੀ ਆ, ਸੁਣਵਾਈ ਦੀ ਤਿਆਰੀ ਕਰਨੀ ਹੁੰਦੀ ਆ। ਜਿਹੜਾ ਰਿਸਪੋਂਡੈਂਟ ਆ, ਜਿਹਨੇ ਅਸਾਈਲਮ ਦਾ ਅਪਲਾਈ ਕੀਤਾ ਆ, ਉਹ ਕਿਹੜੇ ਡਾਕੂਮੈਂਟਸ ਆਪਣੇ ਨਾਲ ਲੈ ਕੇ ਜਾਂਦਾ ਆ ਜੀ? ਸਭ ਤੋਂ ਜੀ ਪਹਿਲੀ ਗੱਲ ਕਰੀਏ ਤਾਂ, ਸੋ ਪਹਿਲਾਂ ਤਾਂ ਆਪਣੀ ਆਈਡੀ ਵਗੈਰਾ ਲੈ ਕੇ ਜਾਓ, ਤਦ ਤੱਕ ਤੁਹਾਡਾ ਵਰਕ ਪਰਮਿਟ ਆ ਜਾਂਦਾ, ਜੇ ਨਹੀਂ ਹੈਗਾ ਵਰਕ ਪਰਮਿਟ ਤਾਂ ਕਈਆਂ ਦੀ ਛੇਤੀ ਹੇਅਰਿੰਗ ਆਉਂਦੀ ਆ, ਤਾਂ ਤੁਸੀਂ ਆਪਣਾ ਪਾਸਪੋਰਟ ਵਗੈਰਾ ਲੈ ਕੇ ਜਾਓ। ਤੇ ਜ਼ਿਆਦਾਤਰ ਮੈਂ ਦੇਖਦਾ ਕਿ ਲੋਕਾਂ ਕੋਲ ਫਾਈਲਿੰਗ ਦੀ ਕਾਪੀ ਨਹੀਂ ਹੁੰਦੀ ਆਪਣੇ ਕੋਲ, ਜਦੋਂ ਕੇਸ ਵੀ ਲੈ ਕੇ ਆਉਂਦੇ ਆ ਉਹਨੇ ਡਾਕੂਮੈਂਟ ਸਬਮਿਟ ਵੀ ਹੋ ਜਾਂਦੇ ਆ, ਵਕੀਲ ਉਹਨਾਂ ਨੂੰ ਫਾਈਲਿੰਗ ਦੀ ਕਾਪੀ ਨਹੀਂ ਦਿੰਦਾ। ਸੋ ਇਹ ਤੁਹਾਡਾ ਹੱਕ ਆ, ਇਹ ਜਿਹੜਾ ਤੁਹਾਡਾ ਹੱਕ ਆ ਫਾਈਲਿੰਗ ਦਾ, ਇਹਦਾ ਕੋਈ ਲੈਣਾ ਦੇਣਾ ਨਹੀਂ ਕਿ ਤੁਹਾਡੇ ਵਕੀਲ ਦੇ ਵੱਲ ਕਿੰਨੇ ਪੈਸੇ ਪੈਂਡਿੰਗ ਆ ਕੀ ਆ। ਜਿਹੜੀ ਵੀ ਉਹਨੇ ਫਾਈਲਿੰਗ ਕੀਤੀ ਹੈ ਤੁਸੀਂ ਉਹਨੂੰ ਈਮੇਲ ਪਾਣੀ ਆ ਕਿ ਮੇਰੀ ਤੂੰ ਜਿਹੜੀ ਫਾਈਲਿੰਗ ਆ ਉਹਦੀ ਮੈਨੂੰ ਕੰਪਲੀਟ ਕਾਪੀ ਦੇ, ਹੈਨਾ। ਉਹ ਤੁਹਾਡਾ ਹੱਕ ਆ, ਸੋ ਉਹ ਤੁਹਾਨੂੰ ਚਾਹੀਦੀ ਆ, ਤੁਹਾਡੇ ਕੋਲ ਹੋਣੀ ਚਾਹੀਦੀ ਆ ਕੰਪਲੀਟ ਫਾਈਲਿੰਗ। ਜਿਹੜੇ ਓਰਿਜਿਨਲ ਡਾਕੂਮੈਂਟ ਤੁਹਾਡੇ ਕੋਲ ਸੀਗੇ, ਪਾਸਪੋਰਟ, ਬਰਥ ਸਰਟੀਫਿਕੇਟ, ਜਾਂ ਜਿਹੜੇ ਤੁਸੀਂ ਐਫੀਡੈਵਿਟ ਵਗੈਰਾ ਇੰਡੀਆ ਵਗੈਰਾ ਕਿਤੋਂ ਵੀ ਮੰਗਾਉਂਦੇ ਆ, ਉਹ ਸਾਰੇ ਜਿਹੜੇ ਓਰਿਜਿਨਲ ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਆ। ਜੀ
ਇਹਦੇ ਇਲਾਵਾ ਫਾਊਂਡੇਸ਼ਨਲ ਡਾਕੂਮੈਂਟ ਕੀ ਜੱਜ ਇਹ ਪੁੱਛ ਸਕਦੀ ਹੈ ਕਿ ਫੈਡੈਕਸ ਈਮੇਲਸ ਕਿੱਦਾਂ ਤੁਸੀਂ ਮੰਗਾਏ ਉਹ ਤੁਹਾਡੇ ਕੋਲ ਕਿੱਦਾਂ ਪਹੁੰਚਿਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਉਹ ਵੀ ਜਿਹੜੀਆਂ ਹੋਣੀਆਂ ਚਾਹੀਦੀਆਂ। ਉਹ ਠੀਕ ਆ। ਸੋ ਮਤਲਬ ਇਹ ਵੀ ਪੇਪਰ ਟ੍ਰੇਲ ਵੀ ਬੇਸਿਕਲੀ ਨਾਲ ਚੈੱਕ ਕਰਦੇ ਆ ਵੀ ਕਿੱਥੋਂ ਤੁਰੀ ਕਿੱਥੇ ਆਈ, ਇਦਾਂ ਇਹ ਸਾਰੀਆਂ ਚੀਜ਼ਾਂ ਵੀ ਦੇਖਦੇ ਆ। ਹਾਂਜੀ ਸੋ ਇਹ ਤਾਂ ਰਿਸਪੋਂਡੈਂਟ ਹੋ ਗਿਆ, ਜਿੱਦਾਂ ਤੁਸੀਂ ਆ ਅਟਰਨੀ ਆ, ਉਹਨੇ ਕਿਹੜੇ ਕਿਹੜੇ ਡਾਕੂਮੈਂਟ ਨਾਲ ਲੈ ਕੇ ਜਾਣੇ ਆ ਜੀ? ਮੈਨੂੰ ਰਾਜਕਰਨ ਜੀ 1 ਸੈਕਿੰਡ ਦਿਓਗੇ ਬ੍ਰੇਕ, ਮੇਰੇ ਖਿਆਲ ਜੀ ਕੰਪਿਊਟਰ ਤੇ ਪ੍ਰੋਬਲਮ ਆ ਗਈ। ਜੀ ਓਕੇ ਜੀ। ਸੋ ਗੱਲਬਾਤ ਜਿਹੜੀ ਉਹ ਆਪਾਂ ਕਰ ਰਹੇ ਹਾਂ ਅਟਾਰਨੀ ਟੇਕਿਆਣਾ ਹੁਣਾਂ ਨਾਲ। ਅਟਾਰਨੀ ਟੇਕਿਆਣਾ ਜੀ, ਕੀ ਹੁਣ ਬੈਟਰ ਆ ਅੱਗੇ ਨਾਲੋਂ, ਕੀ ਗੱਲ ਕਰ ਸਕਦੇ ਹੁਣ ਆਪਾਂ? ਸੌਰੀ, ਮਾਫੀ ਚਾਹੁੰਦੇ ਹਾਂ, ਕੰਪਿਊਟਰ ਨਵਾਂ ਲਿਆ ਸੀਗਾ ਤਾਂ ਥੋੜੀ ਜਿਹੀ ਹੁਣੇ ਖੋਲਿਆ ਸੀਗਾ ਤਾਂ ਪ੍ਰੋਬਲਮ, ਮਾਫੀ ਚਾਹੁੰਦੇ ਹਾਂ। ਕੋਈ ਗੱਲ ਨਹੀਂ, ਨੋ ਪ੍ਰੋਬਲਮ ਜੀ ਜੀ। ਸੋ